ਦੋਸਤੋ ਵੀਡੀਓ ਦੇਖਣ ਤੋਂ ਪਹਿਲਾਂ ਚੈਨਲ ਸਬਸਕ੍ਰਾਈਬ ਕਰ ਲੈਣਾ ਤੇ ਸਾਡੀਆਂ ਵੀਡੀਓ ਸਭ ਤੋਂ ਪਹਿਲਾਂ ਦੇਖਣ ਦੇ ਲਈ ਬੈਲ ਆਈਕਨ ਦਬਾਉਣਾ ਨਾ ਭੁੱਲਣਾ। ਸਤਿ ਸ਼੍ਰੀ ਅਕਾਲ ਦੋਸਤੋ, ਪੰਜਾਬੀ ਸਾਹਿਤਕ ਮੰਚ 'ਤੇ ਮੈਂ ਦੀਪ ਜਗਦੀਪ ਹਾਜ਼ਰ ਹੈ ਜੀ ਇੱਕ ਨਵੀਂ ਕਹਾਣੀ ਦੇ ਨਾਲ। ਦੋਸਤੋ ਅੱਜ ਤੁਸੀਂ ਸੁਣੋਗੇ ਸੰਤੋਖ ਸਿੰਘ ਧੀਰ ਦੀ ਲਿਖੀ ਕਹਾਣੀ ਸਵੇਰ ਹੋਣ ਤੱਕ। ਤਾਂ ਆਓ ਸੁਣਦੇ ਹਾਂ ਅੱਜ ਦੀ ਇਹ ਕਹਾਣੀ। ਡੂੰਘੀ ਰਾਤ ਗਿਆ, ਚੰਨਣ ਜੱਟ ਪੱਕੇ ਖੂਹ ਦੀਆਂ ਪੈਲੀਆਂ ਵਾਹ ਕੇ ਥਕੇਵੇਂ ਦਾ ਹੰਬਿਆ ਘਰ ਮੁੜਿਆ। ਹਾੜ੍ਹ ਦੇ ਪਹਿਲੇ ਮੀਂਹ ਨੇ ਸੌਣੀ ਦੀਆਂ ਬਿਜਾਈਆਂ ਲਈ ਜ਼ੋਰ ਪਾ ਦਿੱਤਾ ਸੀ। ਹੁਣ ਵਾਤਾ ਹੀ ਹੋਈ ਸੀ, ਫਿਰ ਪਤਾ ਨਹੀਂ ਝੜੀ ਲੱਗ ਜਾਵੇ ਜਾਂ ਇੰਨੀ ਲੰਮੀ ਔੜ ਪਵੇ ਕਿ ਫਸਲਾਂ ਪਛੇਤੀਆਂ ਹੋ ਜਾਣ। ਬਲਦਾਂ ਨੂੰ ਪੱਠੇ ਪਾ ਕੇ ਉਹਨੇ ਹੱਥ ਪੈਰ ਧੋਤੇ, ਕੋਠੇ ਉੱਤੇ ਰੋਟੀ ਖਾਧੀ ਅਤੇ ਅੱਖ ਦੱਬਣ ਲਈ ਮੰਜੇ ਉੱਤੇ ਟੇਢਾ ਹੋ ਗਿਆ। ਸਵੇਰੇ ਵੱਡੇ ਤੜਕਿਓਂ ਜਾ ਕੇ ਮਾਰੂਆਂ ਦੀ ਟੁਕੜੀ ਵਿੱਚ ਜਵਾਰ ਦਾ ਛਿੱਟਾ ਖਿਲਾਰਨਾ ਅਤੇ ਫਿਰ ਆਥਣ ਜੋਤੇ ਪੱਕੇ ਖੂਹ ਦੀ ਦੋਹਰ ਕਰਕੇ ਮੱਕੀ ਬੀਜਣੀ ਸੀ। ਸੁੱਖ ਵਿੱਚ ਲੱਤਾਂ ਲਮਿਆਰ ਕੇ ਉਹ ਖਿੜੇ ਹੋਏ ਤਾਰਿਆਂ ਵੱਲ ਤੱਕਦਾ ਨੀਂਦ ਦੇ ਲੋਰ ਵਿੱਚ ਅੱਖ ਲਾਉਣ ਹੀ ਲੱਗਿਆ ਸੀ ਕਿ ਨਾਲ ਦੇ ਕੋਠੇ ਉੱਤੇ ਮੰਜਾਂ ਡਾਉਂਦਿਆਂ ਘੁੱਦਾ ਬੋਲਿਆ, ਜਾਣੀ ਦਾ ਪੱਕੇ ਕਿ ਸਾਰੀ ਖੱਤੀ ਵਾਹ ਆ ਚੰਨਣਾ, ਮਖਾ ਬੋਲਦਾ ਨਹੀਂ, ਥੱਕਿਆ ਹੋਏਗਾ। ਚੰਨਣ ਮੰਜੇ ਉੱਤੇ ਪਿਆ ਪਿਆ ਬੋਲਿਆ, ਉਹ ਮਖਾ ਹੁਣ ਕਾਹਨੂੰ ਰੜਕ ਰੱਖਣੀ ਹੈ, ਜੋਤਾ ਹੋਰ ਕੱਸ ਕੇ ਲਾ ਲਈਏ, ਇੱਕ ਤਾਂ ਬਲਦ ਨਹੀਂ ਤੁਰਦਾ ਸਾਲਾ, ਜਮਾਂ ਹੀ ਰਹਿ ਖੜਿਆ। ਕਿਹੜਾ ਮੀਣਾ? ਨਹੀਂ ਦੂਆ ਲਾਖਾ, ਡੇਂਗੀ ਨਹੀਂ ਪੁੱਟਦਾ ਬਰਾਬਰ, ਤਾਂ ਹੀ ਤਾਂ ਆਹ ਵੇਲਾ ਹੋ ਗਿਆ। ਭਾਈ ਖੁਰਾਕ ਦੀ ਗੱਲ ਹੈ ਸਾਰੀ, ਘੁੱਦੇ ਨੇ ਰੱਬ ਲੱਗਦੀ ਆਖੀ, ਖੁਰਾਕ ਹੁਣ ਪਾਈ ਤਾਂ ਜਾਂਦੇ ਹਾਂ। ਚੰਨਣ ਦੀ ਆਵਾਜ਼ ਵਿੱਚ ਬੇਵਸੀ ਸੀ। ਕੁੱਤਾ ਆਹੋ ਕਹਿ ਕੇ ਮੰਜੇ ਉੱਤੇ ਟੇਢਾ ਹੋ ਗਿਆ। ਤਾਰਿਆਂ ਭਰੀ ਨੀਲੀ ਛੱਤ ਵੱਲ ਤੱਕਦੇ ਚੰਨਣ ਦੀਆਂ ਅੱਖਾਂ ਵਿੱਚ ਊਂ ਗਾਉਣ ਲੱਗੀ। ਇੱਕ ਲੋਰ ਵਿੱਚ ਨੀਂਦ ਦਾ ਟੂਣਾ ਹੋ ਰਿਹਾ ਸੀ, ਤਾਰੇ ਉਹਦੀਆਂ ਅੱਖਾਂ ਵਿੱਚ ਧੂੜ ਦੇ ਕਿਣਕੇ ਘੇਰ ਗਏ, ਪੱਕੇ ਖੂਹ ਦੇ ਲਹਿਰੀਏ ਸਿਆੜ ਉਹਦੇ ਸੁਪਨਿਆਂ ਵਿੱਚ ਫੈਲਣ ਲੱਗੇ। ਪਰਲੇ ਵਾਸ ਟਿੱਕੀ ਰਾਤ ਵਿੱਚ ਟੌਂਕਰ ਦਾ ਕੁੱਤਾ ਨੀਵਾਂ ਹੁੰਦਾ ਉਹਦੀ ਸੁਰਤ 'ਚੋਂ ਵਿਸਰ ਗਿਆ। ਛੰਨੇ ਵਿੱਚ ਦੁੱਧ ਲੈ ਕੇ ਬਚਨੋਂ ਚੰਨਣ ਦੇ ਮੰਜੇ ਕੋਲ ਆਈ, ਲੈ ਫੜ ਦੁੱਧ ਪੀ ਲੈ। ਚੰਨਣ ਦਾ ਠੌਂਕਾ ਲੱਗ ਰਿਹਾ ਸੀ, ਮਖਾ ਸੌਂ ਵੀ ਗਿਆ ਸੀ ਬੋਦੇ ਬਾਪੂ? ਉਹਨੇ ਚੰਨਣ ਦਾ ਮੋਢਾ ਹਲੋਣਿਆ। ਹਾਂ ਹਾਂ, ਚੰਨਣ ਅੱਬੜ ਕੇ ਬੋਲਿਆ, ਲੈ ਫੜ ਦੁੱਧ ਪੀ ਲੈ ਉੱਠ ਕੇ ਕੋਸਾ ਕੋਸਾ। ਚੰਨਣ ਉੱਠ ਕੇ ਮੰਜੇ ਉੱਤੇ ਬਹਿ ਗਿਆ ਅਤੇ ਦੁੱਧ ਦਾ ਛੰਨਾ ਫੜ ਕੇ ਉਂਘਦਾ ਉਂਘਦਾ ਪੀਣ ਲੱਗਾ। ਆਲੇ ਦੁਆਲੇ ਕੋਠਿਆਂ ਉੱਤੇ ਲੋਕ ਚੁੱਪ ਚਾਪ ਪਏ ਸਨ, ਘੁੱਦੇ ਦੀ ਵੀ ਅੱਖ ਲੱਗ ਕੇ ਜਾਪਦੀ ਸੀ। ਬਚਨੋਂ ਪੈਂਦ ਵੱਲ ਮੰਜੇ ਦੀ ਬਾਹੀ ਉੱਤੇ ਬਹਿ ਗਈ। ਲੋਹੜੇ ਦਾ ਵੱਟ ਹੋ ਰਿਹਾ ਸੀ, ਉਦੋਂ ਹੀ ਇੱਕ ਪਾਣੀ ਦਾ ਭਿੱਜਿਆ ਬੁੱਲਾ ਆਇਆ। ਦੂਰ ਪਹਾੜ ਦੀ ਕੁੱਖ ਵਿੱਚ ਕਾਲੀ ਘਟਾ ਘਿਰੀ ਹੋਈ ਸੀ, ਜਿਸ ਵਿੱਚ ਉਹ ਕਦੇ ਕਦੇ ਬਿਜਲੀ ਅੱਖ ਮਾਰ ਜਾਂਦੀ। ਬਚਨ ਨੇ ਹੌਲੀ ਜਿਹੀ ਆਖਿਆ, ਬੱਦਲ ਅੱਜ ਫੇਰ ਖੌਰੇ ਮੰਜੇ ਹੇਠਾਂ ਲੁਆ ਕੇ ਹਟੇ। ਖਾਲੀ ਛੰਨਾ ਬਚਨੋ ਵੱਲ ਕਰਦਿਆਂ ਉਹਨੇ ਹੁੰਗਾਰਾ ਦਿੱਤਾ, ਸੋਹਣਾ ਕਿਹੜਾ ਮਿਲਦਾ ਹੈ ਸਹੁਰਾ ਨੀਂਦ ਭਰ ਕੇ, ਦੋ ਰਾਤਾਂ ਹੋ ਗਈਆਂ ਇਸੇ ਤਰ੍ਹਾਂ ਹੀ ਆ। ਨੀਂਦ ਵਿੱਚ ਕੀਲਿਆ ਚੰਨਣ ਫਿਰ ਮੰਜੇ ਉੱਤੇ ਢੇਰੀ ਹੋ ਗਿਆ। ਪੈਂਦ ਪਈ ਖੇਸੀ ਉਹਨੇ ਟੰਗਾਂ ਉੱਤੇ ਖਿੱਚ ਲਈ। ਬਚਨੋ ਦੇ ਮੰਜੇ ਉੱਤੋਂ ਨਿੱਕੀ ਕੁੜੀ ਵਿਲਕ ਉੱਠੀ, ਉਹ ਉੱਠ ਕੇ ਉਹਦੇ ਨਾਲ ਜਾ ਪਈ। ਵੱਟ ਫਿਰ ਹੋ ਗਿਆ ਸੀ, ਅੱਧ ਪੈਰ ਵੀ ਨਹੀਂ ਬੀਤਿਆ ਹੋਣਾ ਕਿ ਚੰਨਣ ਦੇ ਪਿੰਡੇ ਉੱਤੇ ਸੂਈ ਜਿਹੀ ਆ ਚੁੱਭੀ। ਉਹਨੇ ਪਾਸਾ ਪਰਤਿਆ, ਉਸੇ ਤਰ੍ਹਾਂ ਇੱਕ ਹੋਰ ਅਤੇ ਉਹਦੀ ਨੀਂਦ ਭੰਗ ਹੋਣ ਲੱਗੀ। ਕਣੀ ਲੱਗ ਪਈ ਡਿੱਗਣ ਕੋਈ ਕੋਈ। ਮਖਾ ਸੀਬੋ ਦੇ ਬਾਪੂ, ਬਚਨੂ ਨੇ ਲਲਕਾਰ ਕੇ ਆਖਿਆ, ਮੰਜੇ ਤਾਂ ਲਾਉਣੇ ਹੀ ਪੈਣਗੇ ਠਾਹਾਂ। ਨਹੀਂ ਮਖਾ ਪਏ ਰਹੋ, ਕਿਤੇ ਨਹੀਂ ਪਰਲੋ ਆਉਂਦੀ। ਚੰਨਣ ਨੇ ਖੇਸੀ ਹੋਰ ਉੱਤੇ ਖਿੱਚ ਕੇ ਸਵਾਰ ਲਈ, ਫਿਰ ਹਵੜ ਦਵੜ ਪੈ ਜਾਣੀ ਹੈ। ਬਚਨੋ ਫਿਕਰ ਨਾਲ ਘਾਬਰਦੀ ਸੀ, ਕਿਤੇ ਨਹੀਂ ਪੈਂਦੀ, ਤੂੰ ਪਈ ਰਹਿ। ਗੱਲ ਅਜੇ ਚੰਨਣ ਦੇ ਮੂੰਹ ਵਿੱਚ ਹੀ ਸੀ ਕਿ ਮੋਟੇ ਮੋਟੇ ਕਣੀਆਂ ਦੇ ਇੱਕਦਮ ਹੱਲਾ ਬੋਲ ਦਿੱਤਾ। ਆਲੇ ਦੁਆਲੇ ਸਾਰੇ ਕੋਠਿਆਂ ਉੱਤੇ ਹਫੜਾ ਦਫੜੀ ਮੱਚ ਗਈ। ਮੰਜੀਆਂ ਪੰਘੂੜਿਆਂ ਉੱਤੇ ਜੁੱਲੀਆਂ ਪਰੋਲਿਆਂ ਵਿੱਚ ਪਏ ਘੂਕ ਨਿਆਣੇ ਡੌਰ ਭੌਰ ਹੋ ਉੱਠੇ। ਚੰਨਣ ਬੌਂਦਲ ਕੇ ਮੰਜੇ ਉੱਤੇ ਦਰੀ ਦੀ ਪੂਣੀ ਕਰਨ ਲੱਗਾ। ਬਚਨੋ ਨੇ ਤਿੱਖੀ ਹੋ ਕੇ ਆਖਿਆ, ਤੂੰ ਇੱਥੇ ਗਿਣਤੀਆਂ ਕੀ ਗਿਣੀ ਜਾਂਦਾ, ਉੱਤਰ ਕੇ ਮੰਜੇ ਫੜ, ਮੈਂ ਉੱਤੋਂ ਲਮਕਾਉਂਦੀ ਹਾਂ।
ਵਾਛੜ ਦੇ ਕਣਤਾਏ ਕੱਚ ਨੀਂਦਰੇ ਨਿਆਣੇ ਰੋਣ ਲੱਗੇ। ਗਲੀ ਵਿੱਚ ਖਲੋ ਕੇ ਚੰਨਣ ਬਨੇਰੇ ਉੱਤੋਂ ਮੰਜੇ ਬਿਸਤਰੇ ਫੜਨ ਲੱਗਾ। ਬਚਨੋਂ ਮੀਂਹ ਵਿੱਚ ਬੌਂਦਲੀ ਛੇਤੀ ਛੇਤੀ ਲਮਕਾਈ ਜਾਂਦੀ ਸੀ। ਪਤਾ ਨਹੀਂ ਸੁੱਕੇ ਅੰਬਰ ਕਿੱਥੋਂ ਕਟਕ ਚੜ੍ਹ ਕੇ ਆ ਗਿਆ। ਦੇਖਦੇ ਹੀ ਦੇਖਦੇ ਪਰਨਾਲੇ ਚੱਲਣ ਲੱਗ ਪਏ। ਦੀਵਾ ਬਾਲ ਕੇ ਮੀਂਹ ਵਿੱਚ ਭਿੱਜੇ ਸਿੱਜੇ ਨਿਆਣਿਆਂ ਨੂੰ ਚੰਨਣ ਨੇ ਮੰਜਿਆਂ ਉੱਤੇ ਸੁੱਟ ਦਿੱਤਾ। ਦਲਾਨ ਅਤੇ ਕੋਠੜੀਆਂ ਦੇ ਮੋਗੇ ਢੱਕ ਕੇ ਪਾਣੀ ਨਾਲ ਨੁੱਚੜਦੀ ਬਚਨੋਂ ਥੱਲੇ ਆ ਗਈ। ਕੁੜਤੀ ਦਾ ਪੱਲਾ ਨਚੋੜਦੀ ਖਿੱਝ ਨਾਲ ਕੁੜ ਕੇ ਬੋਲੀ, ਜੋਤੇ ਦੀ ਕਹਿੰਦੀ ਆ, ਬੱਦਲ ਸਿਰ ਤੇ ਖੜਾ, ਜੱਦੇ ਨੇ ਸਿਰ ਹੀ ਨਹੀਂ ਚੁੱਕਿਆ। ਸਾਰੇ ਜਣੇ ਦਲਾਨ ਵਿੱਚ ਮੰਜੀਆਂ ਜੁੱਲੀਆਂ ਉੱਤੇ ਕਿਤੇ ਨਾ ਕਿਤੇ ਡਿੱਗ ਪਏ। ਛਾਛੜੇ ਦਾ ਮੀਂਹ ਜਿਵੇਂ ਆਇਆ ਸੀ ਉਵੇਂ ਹੀ ਇਕਦਮ ਚਲਾ ਗਿਆ। ਪਰਨਾਲੇ ਹੌਲੀ ਹੌਲੀ ਹੁੰਦੇ ਤਤੀਰੀਆਂ ਵਿੱਚ ਰਹਿ ਗਏ। ਅੰਦਰ ਲੋਹੜੇ ਦਾ ਹੁੰਮ ਸੀ। ਹੌਲੀ ਹੌਲੀ ਹਵਾ ਬਿਲਕੁਲ ਬੰਦ ਹੋ ਗਈ। ਦੀਵੇ ਦੀ ਲਾਟ ਸਿੱਧੀ ਸਤੋਰ ਖੜੀ ਸੀ। ਤੋੜ ਤੋੜ ਖਾਂਦਾ ਮੱਛਰ ਕੰਨਾਂ ਕੋਲ ਬੀਨ ਵਜਾਉਂਦਾ ਸੀ। ਸੁੱਤੇ ਪਏ ਨਿਆਣੇ ਤਰੇਲੀਆਂ ਵਿੱਚ ਗੱਚ ਹੋ ਗਏ। ਤੱਤੀ ਹਵਾੜ ਨਾਲ ਘਰ ਭੱਠੇ ਵਾਂਗ ਤਪ ਰਿਹਾ ਸੀ। ਅਕਲਕਾਣ ਹੋਇਆ ਚੰਨਣ ਲੜਨ ਵਾਂਗ ਬੋਲਿਆ, ਮੋਗਾ ਤਾਂ ਖੁੱਲ੍ਹਾ ਰਹਿਣ ਦਿੰਦੀ, ਮੀਂਹ ਤਾਂ ਘੱਟ ਬੰਨ ਕੇ ਆ ਗਿਆ, ਫੇਰ ਕੌਣ ਜਾਂਦਾ ਉੱਪਰ? ਅੰਦਰ ਤਾਂ ਅੱਗ ਲੱਗ ਜਾਂਦੀ ਹੈ, ਮੱਛਰ ਊਂ ਤੋੜ ਤੋੜ ਖਾਂਦਾ, ਚੰਨਣ ਨੇ ਪਿੰਡਾਂ ਖੁਰਕਦਿਆਂ ਕਿਹਾ। ਪਸੀਨੇ ਵਿੱਚ ਪਿਚਕੀ ਹੋਈ ਕੈਲੋ ਪੰਘੂੜੀ ਉੱਤੇ ਠਿਸ ਠਿਸ ਕਰਨ ਲੱਗੀ। ਵਿਲਕਦੀ ਛੋਟੀ ਕੁੜੀ ਬਚਨੋਂ ਤੋਂ ਨਾਲ ਨਹੀਂ ਸੀ ਲਾਈ ਜਾਂਦੀ। ਉਹਨੇ ਪੱਖੀ ਝੱਲ ਕੇ ਨਿਆਣੀ ਨੂੰ ਚੁੱਪ ਕਰਾਉਣਾ ਚਾਹਿਆ। ਵੱਡੀ ਕੁੜੀ ਸੀਬੋ ਪਾਣੀ ਪਾਣੀ ਹੋਈ ਆਪਣੇ ਪੰਘੂੜੇ ਉੱਤੇ ਉੱਠ ਬੈਠੀ। ਬਾਬਾ ਨੀਂਦ ਕਿਹੜਾ ਆਉਂਦੀ ਹੈ? ਨੀ ਬੇਬੇ, ਆ ਦੀਵਾ ਹੀ ਬੁਝਾ ਦਿਓ, ਸੀਬੋ ਤੋਂ ਛੋਟਾ ਭਿੰਦਰ ਬੋਲਿਆ। ਉਹਨੂੰ ਦੀਵੇ ਦੇ ਚਾਨਣ ਤੋਂ ਵੀ ਸੇਕ ਆਉਂਦਾ ਜਾਪਦਾ ਸੀ। ਚੰਨਣ ਉੱਠ ਕੇ ਬਾਹਰ ਗਲੀ ਵਿੱਚ ਆਇਆ, ਕਣੀਆਂ ਤਾਂ ਬੰਦ ਨੇ, ਬੱਦਲ ਤਾਂ ਦੀਂਦਾ ਨਹੀਂ ਕਿਤੇ, ਜੈਖਣਾ ਐਵੇਂ ਭਾਜੜ ਪਾ ਦਿੰਦੇ ਅੱਜ ਕੱਲ੍ਹ ਦਾ ਮੀਂਹ, ਬਚਨੋਂ ਪਈ ਪਈ ਅੰਦਰੋਂ ਬੋਲੀ। ਨੀ ਬੇਬੇ, ਗਲੀ 'ਚ ਕੱਢ ਲਓ ਮੰਜੇ, ਸੀਬੋ ਨੇ ਕਾਹਲੀ ਪੈ ਕੇ ਆਖਿਆ। ਆਹੋ ਮੰਨੀ, ਗਲੀ ਵਿੱਚ ਡਾਹ ਲੈਂਦੇ। ਚੰਨਣ ਅੰਦਰ ਆ ਕੇ ਬਾਹਰ ਕੱਢਣ ਲਈ ਮੰਜਾ ਚੁੱਕਣ ਲੱਗਾ। ਬਚਨੋਂ ਉੱਠ ਕੇ ਬੂਹੇ ਵਿੱਚ ਆਏ ਅਤੇ ਉੱਪਰ ਵੱਲ ਤੱਕਣ ਲੱਗੀ। ਹੁਣ ਤਾਂ ਦੀਂਦਾ ਨਹੀਂ ਕਿਸੇ ਪਾਸੇ, ਐਨ ਸਾਫ਼ ਹੈ ਅੰਬਰ। ਗੁਆਂਢੋ ਕੇਸਰੀ ਤਖਾਣੀ ਨੇ ਹੁੰਗਾਰਾ ਦਿੱਤਾ, ਨੀ ਭਾਵਾਂ ਕੱਲਾ ਕੱਲਾ ਤਾਰਾ ਗਿਣ ਲੈ, ਜਦ ਆਉਂਦਾ ਪਟਮੈਲੀ ਚੱਕ ਦਿੰਦਾ ਚੰਦਰਾ। ਬਾਬਾ ਮਾਲਕ ਨੂੰ ਕੌਣ ਕਹੇ? ਉੱਤੇ ਚੜ੍ਹਾਉਣ ਲਈ ਆਪਣੇ ਨੀਵੇਂ ਬਨੇਰੇ ਉੱਤੇ ਮੰਜੇ ਦੇ ਪਾਵੇ ਅੜਾਉਂਦਾ ਘੁੱਦਾ ਬੋਲਿਆ, ਮਖਾਣ ਉੱਤੇ ਚੜ੍ਹਾ ਲੈਂਦੇ ਮੰਜੇ, ਗਲੀ 'ਚ ਨਹੀਂ ਸੂਤ ਰਹਿਣੇ। ਬਚਨੋਂ ਨੇ ਗਲੀ ਵਿੱਚ ਮੰਜਾ ਡਾਉਂਦੇ ਚੰਨਣ ਨੂੰ ਆਖਿਆ, ਨਹੀਂ ਹੁਣ 2 ਘੰਟੇ ਪਿੱਛੇ ਕਿੱਥੇ ਧੂਕੜੀਸ ਕਰੀਏ, ਰਾਤ ਅੱਧੀ ਟੁੱਟ ਚੱਲੀਏ, ਦੇਖ ਤਾਂ ਖਿੱਤੀਆਂ ਕਿੱਥੇ ਸਰਕ ਆਈਆਂ, ਗਲੀ 'ਚ ਕਿਹਦਾ ਕਿਹਦਾ ਡਾਏਗਾ, ਨਾਲੇ 100 ਡੰਗਰ ਪਸ਼ੂ। ਤੂੰ ਚੱਲ ਉੱਤੇ, ਮੈਂ ਫੜਾਉਂਦੀ ਹਾਂ ਮੰਜੇ, ਘੜੀ ਆਰਾਮ ਨਾਲ ਤਾਂ ਲੰਘੇ। ਚੰਗਾ ਫਿਰ ਫੜਾ। ਸੀਬੋ ਚੱਕ ਤਾਂ ਭਾਈ ਨਿਆਣਿਆਂ ਨੂੰ, ਭਿੰਦਰ ਉੱਠੇ, ਮੰਜੇ ਕਢਾ ਬਾਹਰ। ਕਹਿੰਦਿਆਂ ਚੰਨਣ ਪੌੜੀ ਦੇ ਡੰਡੇ ਚੜ੍ਹਦਾ ਬਨੇਰੇ ਉੱਤੇ ਜਾ ਬੈਠਿਆ। ਬਚਨੋਂ ਨੇ ਬਾਹਾਂ ਉੱਤੇ ਸਹਾਰ ਕੇ ਮੰਜੇ 'ਤੇ ਬਿਸਤਰੇ ਫੜਾਏ। ਚੰਨਣ ਨੇ ਮੁੜ ਥਾਂ ਥਾਂ ਹੀ ਨਿਆਣਿਆਂ ਨੂੰ ਪਾਇਆ। ਬਚਨੋਂ ਨੇ ਦੀਵਾ ਬੁਝਾ ਕੇ ਜਿੰਦਾ ਲਾਇਆ ਅਤੇ ਪੌੜੀ ਦੇ ਸਿਖਰਲੇ ਡੰਡੇ ਚੜ੍ਹਦੀ ਬੋਲੀ, ਹੇ ਬਾਗਰੂ, ਹੇਠਾਂ ਨਾਲੋਂ ਤਾਂ ਸਾਹ ਆਉਂਦਾ। ਨਿਆਣਿਆਂ ਨੂੰ ਮੰਜੀਆਂ ਉੱਤੇ ਲਟਾ ਕੇ ਬਚਨੋਂ ਮੋਗਾ ਖੋਲ੍ਹਣ ਗਈ ਤਾਂ ਕੋਠੜੀ ਉੱਤੇ ਉਹਦੀ ਅੱਡੀ ਧੱਸ ਗਈ ਅਤੇ ਫਿਰ ਮੁੜ ਕੇ ਆਉਂਦੀ ਬਨੇਰੇ ਉੱਤੇ ਪੈਰ ਤਿਲਕ ਗਿਆ। ਮਸੀਂ ਡਿੱਗਣੋਂ ਬਚਦੀ ਉਹ ਖਿੱਚ ਕੇ ਬੋਲੀ, ਕੈ ਵੇਰ ਕਿਹਾ, ਰੋਹੀ ਵਾਲੀ ਕਾਲੀ ਕਿੱਕਰ ਵੱਢ ਕੇ 2 ਖਾਣ ਉੱਤੇ ਛੱਤ ਲੈਂਦੇ ਹਾਂ, ਨਾਲੇ ਕੋਠੜੀ ਦੀਆਂ ਕੜੀਆਂ ਝਾੜ ਲਾਂਗੇ, ਜੱਟ ਨੇ ਇੱਕ ਨਹੀਂ ਸੁਣੀ, ਨਹੀਂ ਹੁਣ ਇਤਿਹਾਸਵਾਂ ਛੱਤਣ ਬੈਠਾ ਮੈਂ ਕੋ। ਉਹ ਕੋਠੇ ਜਿੱਡੀ ਧੀ ਦੇ ਕਾਰਜ ਬਾਰੇ ਆਖਣ ਲੱਗਾ ਸੀ ਕਿ ਉਹਨੂੰ ਕੋਲ ਪਈ ਮੁਟਿਆਰ ਧੀ ਦੀ ਲਿਹਾਜ਼ ਮਾਰ ਗਈ, ਉਹ ਤੈਂ ਕੀ ਲੱਲਰ ਲਾਉਣੇ ਆ, ਲੜੂ ਲੜੂ ਕਰਦੀ ਉਹਦੇ ਮੰਜੇ ਕੋਲ ਆ ਗਈ। ਚੰਗਾ ਪੈ ਜਾ ਹੁਣ ਆਰਾਮ ਨਾਲ, ਟੈਂ ਟੈਂ ਲਾਈਏ ਵਾਧੂ, ਆਪ ਤੋਂ ਨੀਵੇਂ ਵੱਲ ਦੇਖ ਕੇ ਡੰਗ ਨਿਕਲਦਾ। ਆਹੋ ਭਾਈ, ਆਹ ਤਾਂ ਗੱਲ ਸੱਚ ਹੈ ਚੰਨਣ ਦੀ। ਨਾਲ ਦੇ ਘਰ ਦੀ ਨੀਵੀਂ ਛੱਤ ਤੋਂ ਕਰਮ ਸਿਉਂਦੀ ਅੰਮਾ ਨੇ ਹਾਂ ਵਿੱਚ ਹਾਂ ਮਿਲਾਈ। ਵੱਟ ਨਾਲ ਫੇਰ ਸਾਹ ਬੰਦ ਹੋਣ ਲੱਗਾ ਸੀ, ਜਿਵੇਂ ਮੀਂਹ ਕਦੇ ਵਰਿਆ ਹੀ ਨਹੀਂ ਹੁੰਦਾ। ਪੀਪੀ ਅਤਰੀ ਦੇ ਵਿਹੜੇ ਵਿੱਚ ਉੱਗੀ ਕਿੱਕਰ ਚੁੱਪ ਚਾਪ ਖਲੋਤੀ ਸੀ। ਗਰਮੀ ਨਾਲ ਜਿੱਚ ਹੋ ਕੇ ਚੰਨਣ ਕੁਦਰਤ ਦੇ ਪ੍ਰਬੰਧ ਵਿਰੁੱਧ ਬੋਲਿਆ,
ਉਹ ਕੋਈ ਚੰਦਰਾ ਪਾਪੀ ਬੈਠੇ ਪੈਰੇ ਉੱਤੇ ਅੱਜ ਤਾਂ ਪੱਤਾ ਨਹੀਂ ਹਿਲਦਾ। ਨੀ ਬੇਬੇ ਮੱਛਰ ਲੜੀ ਜਾਂਦਾ ਹੈ। ਪਿੰਦਰ ਮੰਜੇ ਦੀ ਦੌਣ ਉੱਤੇ ਗਿੱਟੇ ਰਗੜਦਾ ਬੋਲਿਆ। ਬੀਬੀ ਅਤਰੀ ਦੀ ਕਿੱਕਰ ਦੀਆਂ ਟਾਹਣੀਆਂ ਥੋੜ੍ਹਾ ਥੋੜ੍ਹਾ ਹਿੱਲਣ ਲੱਗੀਆਂ। ਨਿੱਕੀ ਨਿੱਕੀ ਹਵਾ ਰੁਮਕ ਪਈ ਜਿਸ ਵਿੱਚ ਗਿੱਲੇ ਕੋਠਿਆਂ ਦੀ ਹਮਕ ਰਲੀ ਹੋਈ ਸੀ। ਘੁੱਦੇ ਨੇ ਸੁੱਖ ਦਾ ਸਾਹ ਲੈਂਦਿਆਂ ਆਪਣੇ ਮੰਜੇ ਤੋਂ ਕਿਹਾ, ਲੈ ਬਈ ਚੰਨਣਾ ਬਦਲ ਗਿਆ ਪਹਿਰਾ, ਆ ਬੈਠਾ ਕੋਈ ਧਰਮੀ ਪੁਰਸ਼। ਆਹੋ ਪੁੱਤ, ਦੂਰੋਂ ਕਰਮ ਸਿਆਂ ਦੀ ਅੰਮਾ ਬੋਲੀ, ਧਰਮੀਆਂ ਦੀ ਕਿਹੜਾ ਤੋਟ ਹੈ ਜੱਗ 'ਚ, ਆਹ ਤਾਂ ਕੋਈ ਧਰੂੰ ਹੈ ਧਰੂੰ ਅੰਮਾ। ਘੁੱਦਾ ਰੁਮਕਦੀ ਪਾਉਣ ਦੇ ਬੁੱਲੇ ਲੁੱਟਦਾ ਬੋਲਿਆ। ਚੰਨਣ ਦੀ ਅੱਖ ਲੱਗ ਰਹੀ ਸੀ, ਉਹਨੂੰ ਚੁੱਪ ਪਿਆ ਦੇ ਘੁੱਦੇ ਨੇ ਉੱਚੀ ਬੋਲ ਕੇ ਆਖਿਆ, ਚੰਨਣਾ ਉਹ ਚੰਨਣਾ। ਹੋ ਚੰਨਣ ਸੁੱਤਣ ਨਹੀਂਦਾ ਸੀ, ਨੀਂਦ ਆਉਂਦੀ ਹੈ। ਆਹੋ ਚੰਗਾ ਫਿਰ ਸੌਂ ਜਾ, ਘੁੱਦੇ ਨੇ ਆਪ ਹੀ ਪਾਸਾ ਪਰਤ ਲਿਆ। ਨਿੱਕੀ ਨਿੱਕੀ ਪੌਣ ਨੇ ਜਿਵੇਂ ਸਭੋ ਦੁੱਖ ਧੋ ਦਿੱਤੇ। ਪੋਲੇ ਪੋਲੇ ਹੱਥੀਂ ਪਿਆਰ ਨਾਲ ਚਸਤੀ ਕੁਦਰਤ ਲੋਰੀਆਂ ਦੇ ਰਹੀ ਸੀ। ਹੌਲੀ ਹੌਲੀ ਸਾਰੇ ਸੌਂ ਗਏ। ਚੰਨਣ ਸਰਾਣੇ ਬਾਂਹ ਦੇ ਕੇ ਪਾਸੇ ਭਾਰ ਨੀਂਦ ਵਿੱਚ ਗੜੂੰਦ ਹੋ ਗਿਆ। ਅਚਨਚੇਤ ਭੁੱਖੇ ਸ਼ੇਰ ਵਾਂਗ ਪਿੰਡ ਉੱਤੇ ਬੱਦਲ ਫਿਰ ਘੋਰਿਆ। ਅੱਬੜ ਕੇ ਚੰਨਣ ਦੀ ਅੱਖ ਖੁੱਲ੍ਹ ਗਈ। ਮੋਟੇ ਮੋਟੇ ਭੂਰੇ ਬੱਦਲ ਚੰਨ ਨੂੰ ਝਫ ਕੇ ਅਸਮਾਨ ਉੱਤੇ ਫੈਲ ਰਹੇ ਸਨ। ਪਤਲਾ ਜਿਹਾ ਘਸਮੈਲਾ ਹਨੇਰਾ ਛਾਇਆ ਹੋਇਆ ਸੀ। ਚੰਨਣ ਉੱਠ ਕੇ ਮੰਜੇ ਉੱਤੇ ਬਹਿ ਗਿਆ ਅਤੇ ਪੈਰਾਂ ਨਾਲ ਜੁੱਤੀ ਢੋਣ ਲੱਗਾ। ਚਿੱਟੇ ਚਾਨਣ ਦੀ ਇੱਕ ਤਾਰ ਜਿਹੀ ਤੇਜ਼ੀ ਨਾਲ ਚੀਨੀਆਂ ਦੇ ਚੁਬਾਰੇ ਉੱਤੇ ਲਰਚੀ ਅਤੇ ਅਗਲੇ ਛਿਨ ਜ਼ੋਰ ਨਾਲ ਬਿਜਲੀ ਡਿੱਗਣ ਦੀ ਆਵਾਜ਼ ਆਈ। ਡਰ ਨਾਲ ਨਿਆਣੇ ਰੋਣ ਅਤੇ ਕੁੱਤੇ ਭੌਂਕਣ ਲੱਗੇ। ਰਾਮ ਰਾਮ ਹੋਣ ਲੱਗੀ। ਚੰਨਣ ਦੀਆਂ ਚੰਧਿਆਈਆਂ ਅੱਖਾਂ ਅੱਗੇ ਹਨੇਰੇ ਵਿੱਚ ਕੋਈ ਪੀਲੀ ਹਰੀ ਅਤੇ ਲਾਲ ਤਾਰ ਅਜੇ ਤੱਕ ਲਰਚ ਰਹੀ ਸੀ। ਹਵਾ ਦਾ ਇੱਕ ਤਿੱਖਾ ਬੁੱਲਾ ਕਿੱਕਰ ਦੀਆਂ ਟਹਿਣੀਆਂ ਵਿੱਚ ਉਲਝ ਰਿਹਾ ਸੀ। ਕੇਸੂ ਫਿਰ ਜਾਏ ਇਹਨੂੰ, ਬਚਨੋ ਠਠੰਬਰ ਕੇ ਨਿੱਕੀ ਕੁੜੀ ਨੂੰ ਹਿੱਕ ਨਾਲ ਸਾਂਭਦੀ ਉੱਠੀ। ਚੰਦਰਾ ਬਾਦ ਹੀ ਪੈ ਗਿਆ ਅੱਜ ਤਾਂ, ਖਬਰੇ ਕਿੱਧਰੋਂ ਆ ਗਿਆ ਚੜ੍ਹ ਕੇ। ਅਤੇ ਉਹ ਚੰਨਣ ਨੂੰ ਫਿਕਰ ਨਾਲ ਉੱਚੀ ਬੋਲੀ, ਹੁਣ ਤੂੰ ਬੈਠਾ ਕੀ ਸੋਚਦਾ, ਮੰਜੇ ਤਾਂ ਥੱਲੇ ਲਾਉਣੇ ਪੈਣਗੇ। ਫਿਰ ਥੱਲੇ ਕਿੱਥੇ ਲਾਹਾਂਗੇ ਹੁਣ, ਚੰਨਣ ਦੇ ਹੱਡ ਦੁੱਖ ਰਹੇ ਸਨ। ਹੋਰ ਕੀ ਕਰੇਗਾ, ਦੇਖਦਾ ਨਹੀਂ ਬੱਦਲ ਤਾਂ ਢੁਕੋ ਢੁਕ ਹੀ ਖੜਾ, ਉੱਠ ਛੇਤੀ ਕਰ। ਅਜਾ ਹੁਣ ਕਿਤੇ ਦੇਖਣ ਨੂੰ ਬੱਦਲ ਨਹੀਂ ਸੀ ਘੰਟਾ ਪਹਿਲਾਂ, ਘੁੱਦਾ ਆਪਣੇ ਮੰਜੇ 'ਤੇ ਉੱਠ ਕੇ ਬਹਿੰਦਾ ਬੋਲਿਆ। ਹਵਾ ਥੰਮ ਗਈ, ਬੱਦਲ ਘੁਲਦਾ ਜਾਂਦਾ ਸੀ। ਚੀਨੀ ਲੰਬੜ ਅਤੇ ਹੋਰ ਚੁਬਾਰਿਆਂ ਵਾਲੇ ਬੂਹੇ ਬਾਰੀਆਂ ਖੋਲ੍ਹੀ ਆਰਾਮ ਨਾਲ ਚੁਬਾਰਿਆਂ ਵਿੱਚ ਪਏ ਸਨ। ਚੰਨਣ ਨੇ ਇੱਕ ਪਲ ਸੋਚ ਕੇ ਆਖਿਆ, ਨਿਆਣੇ ਦੀਆਂ ਮੰਜੀਆਂ ਝਲਿਆਣੀ ਹੇਠ ਕਰ ਦਿੰਦੇ ਹਾਂ, ਤੂੰ ਸੀਬੋ ਨਾਲ ਹੇਠ ਚਲੀ ਜਾ, ਮੈਂ ਹਾਲੇ ਇੱਥੇ ਹੀ ਹਾਂ। ਕੋਈ ਕੋਈ ਕਣੀ ਝਰਨ ਲੱਗ ਪਈ। ਬਚਨੋ ਫਿਕਰ ਨਾਲ ਤੜਫ ਕੇ ਬੋਲੀ, ਉਹ ਤੇਰੀ ਤਾਂ ਮੱਤ ਮਾਰੀ ਗਈ, ਕੀ ਹਾਲ ਕਰਦਾ, ਚਲਿਆਣੀ ਹੇਠ ਕਿਹਨੂੰ ਕਿਹਨੂੰ ਪਾਏਗਾ, ਤੂੰ ਹੇਠਾਂ ਫੜਾ ਮੰਜੇ। ਨੀ ਚੰਗਾ, ਉਹ ਅੱਕ ਕੇ ਭਾਰੇ ਸੰਘ ਨਾਲ ਉੱਚੀ ਚੀਕਿਆ। ਬਚਨੋ ਤੇ ਸੀਬੋ ਛੇਤੀ ਛੇਤੀ ਕੱਪੜੇ ਵਲੇਟ ਕੇ ਨਿੱਕੇ ਨਿਆਣਿਆਂ ਨੂੰ ਸਾਂਭ ਕੇ ਥੱਲੇ ਚਲੀਆਂ ਗਈਆਂ। ਕੈਲੋ ਅਤੇ ਭਿੰਦਰ ਜਾਗੋ ਮੀਟੀ ਵਿੱਚ ਪੌੜੀ ਦੇ ਡੰਡੇ ਟੋਹ ਟੋਹ ਉਤਰਨ ਲੱਗੇ ਅਤੇ ਚੰਨਣ ਆਪ ਉੱਤੇ ਹੀ ਪੈਂਦ ਵੱਲ ਦਰੀ ਇਕੱਠੀ ਕਰਕੇ ਘਰੋੜੇ ਟੇਢਾ ਹੋ ਗਿਆ। ਕਣੀਆਂ ਡਿੱਗੀ ਜਾਂਦੀਆਂ ਸਨ। ਅੱਜ ਨਹੀਂ ਬਈ ਸੌਣ ਦਿੰਦਾ ਚੰਨਣਾ, ਘੁੱਦਾ ਬੋਲਿਆ। ਉਹ ਸਾਡੀ ਤਾਂ ਜੂਨ ਹੀ ਮਾੜੀ ਹੈ, ਨਾ ਦਿਨ ਨੂੰ ਚੈਨ ਨਾ ਰਾਤ ਨੂੰ ਨੀਂਦ। ਚੰਨਣ ਦੀਆਂ ਅੱਖਾਂ ਵਿੱਚ ਰੋੜ ਰੜਕ ਰਹੇ ਸਨ। ਮੌਜਾਂ ਤਾਂ ਚੁਬਾਰਿਆਂ ਵਾਲੇ ਲੁੱਟਦੇ ਨੇ। ਚੀਨੀਆਂ ਦੇ ਚੁਬਾਰੇ ਵਿੱਚ ਦੀਵੇ ਦੀ ਲੋ ਦੇਖ ਕੇ ਘੁੱਦੇ ਨੇ ਈਰਖਾ ਨਾਲ ਕਿਹਾ, ਕੁਦਰਤ ਹੈ ਭਾਈ ਮਾਲਕ ਦੀ। ਚੰਨਣ ਨੇ ਹੌਂਕਾ ਲਿਆ, ਰਾਤ ਕਿੰਨੀ ਕੁ ਰਹਿੰਦੀ ਹੋਣੀ ਆ ਘੁੱਦਿਆ, ਜੇ ਬਥੇਰੀ ਪਈ ਹੈ ਹਾਲੇ, ਕਿਤੇ ਬੱਦਲਾਂ ਕਰਕੇ ਤਾਂ ਨਹੀਂ ਹਨੇਰਾ। ਕਾਹਨੂੰ, ਅੱਧੀ ਰਾਤ ਲੰਘੀ ਹੈ ਮਸੀਂ, ਹਾਲੇ ਤਾਰਾਂ ਵੀ ਨਹੀਂ ਚੜ੍ਹਿਆ ਹੋਣਾ, ਬੱਦਲਾਂ ਕਰਕੇ ਦਿਖਦਾ ਨਹੀਂ ਇੱਕ ਤਾਜ, ਤੈਂ ਚਰਾਂਦੀ ਜਾਣਾ ਹੋਣਾ। ਆਹੋ ਫਿਰ ਪਿਆਰੋ, ਹਲੇ ਬਥੇਰੀ ਦੇਰ ਹੈ, ਘੜੀ ਆਰਾਮ ਵੀ ਚਾਹੀਦਾ ਬੰਦੇ ਨੂੰ। ਓਏ ਜੱਟ ਨੂੰ ਆਰਾਮ ਕਿੱਥੇ, ਉਹ ਤਾਂ ਤੇਰੀ ਗੱਲ ਠੀਕ ਹੈ, ਕੁੱਤਾ ਹੁੰਗਾਰਾ ਦੇ ਕੇ ਚੁੱਪ ਕਰ ਗਿਆ। ਨਿੱਕੀਆਂ ਨਿੱਕੀਆਂ ਚਰਦੀਆਂ ਕਣੀਆਂ ਹੌਲੀ ਹੌਲੀ ਹੋਰ ਛਿੱਦੀਆਂ ਹੋ ਗਈਆਂ। ਘੁਲੇ ਹੋਏ ਬੱਦਲਾਂ ਥੱਲੇ ਅੜਖਲੋਏ ਹੁੰਮਸ ਨੂੰ ਹਵਾ ਦੇ
ਆਪ ਹੁਦਰੇ ਬੁੱਲਿਆਂ ਨੇ ਲੀਰ ਲੀਰ ਕਰ ਦਿੱਤਾ ਅਤੇ ਘੁੱਦੇ ਅਤੇ ਚੰਨਣ ਦੀਆਂ ਆਪੋ ਵਿੱਚ ਦੀਆਂ ਗੱਲਾਂ ਮਿੱਠੇ ਮਿੱਠੇ ਲੋਰ ਵਿੱਚ ਮੁੱਕ ਗਈਆਂ। ਚੰਨਣ ਦੀਆਂ ਅੱਖਾਂ ਭਾਵੇਂ ਮਿਚੀਆਂ ਹੋਈਆਂ ਸਨ ਪਰ ਹੁਣ ਉਹਦੇ ਮਨ ਵਿੱਚ ਨਵੀਂ ਤੁਖ ਤਖੀ ਸੀ, ਕਿਤੇ ਪਿਆ ਹੀ ਨਾ ਦਿਨ ਚੜ੍ਹ ਜਾਵੇ। ਉਹਨੇ ਸੁੱਤੇ ਸੁੱਤਿਆਂ ਆਪਣਾ ਕੰਨ ਗਲੀ ਦੀ ਵਿੜਕ ਉੱਤੇ ਲਾ ਛੱਡਿਆ ਸੀ। ਕਣੀਆਂ ਦੀ ਕਾਣਤ, ਹੱਡਾਂ ਦਾ ਸਕੇਵਾਂ ਅਤੇ ਘੁੱਦੇ ਦੀਆਂ ਗੱਲਾਂ ਤੋਂ ਵਿਸਰ ਕੇ ਉਹ ਮਾਰੂਆਂ ਦੀ ਖੱਤੀ ਵੱਲ ਚਲਾ ਗਿਆ। ਪਹੁ ਫੁੱਟ ਰਹੀ ਸੀ, ਆਲੇ ਦੁਆਲੇ ਲੋਕਾਂ ਦੀਆਂ ਚਰੀਆਂ ਪੁੰਗਰ ਕੇ ਨਰਮ ਨਰਮ ਹਵਾ ਵਿੱਚ ਕੰਬ ਰਹੀਆਂ ਸਨ। ਮੂਠਾਂ, ਮਾਹਾਂ, ਗੁਆਰੇ ਅਤੇ ਮੂੰਗੀਆਂ ਦੇ ਕੰਨ ਚੁੱਕ ਲਏ ਸਨ। ਪਰੇ ਟਿੱਬੀ ਉੱਤੇ ਜੀਤੇ ਲੰਬੜਦਾਰ ਦਾ ਹਲ ਵਗਦਾ ਸੀ। ਟੱਲੀਆਂ ਦੀ ਨਿੰਮੀ ਨਿੰਮੀ ਆਵਾਜ਼ ਉੱਤੇ ਮਿਰਜੇ ਦੀ ਕਲੀ ਉੱਚੀ ਉੱਠ ਰਹੀ ਸੀ। ਉਹ ਹੜਬੜਾ ਕੇ ਉੱਠਿਆ, ਬਨੇਰੇ ਉੱਤੇ ਮੂੰਹ ਹਨੇਰੇ ਵਿੱਚ ਕੁੱਕੜ ਵਾਂਗਾਂ ਦੇ ਰਿਹਾ ਸੀ। ਗਲੀ ਵਿੱਚੋਂ ਲੰਘਦੇ ਬਲਦਾਂ ਦੀਆਂ ਟੱਲੀਆਂ ਟਣਕ ਰਹੀਆਂ ਸਨ ਅਤੇ ਪਹੁ ਦੀ ਲੋ ਬੱਦਲਾਂ ਪਿੱਛੋਂ ਫੁੱਟਣੀ ਵਾਲੀ ਸੀ। ਵਿਹੜੇ 'ਚੋਂ ਬੱਦਲਾਂ ਨੂੰ ਖੋਲ੍ਹ ਕੇ ਟਿੱਬੀ ਵੱਲ ਤੁਰਦਾ ਚੰਨਣ ਬੋਲਿਆ, ਹਾਜ਼ਰੀ ਦੇ ਕੇ ਸੀਬੋ ਨੂੰ ਛੇਤੀ ਘੱਲਦੇ ਹੀ ਵਜਨ ਕੁਰੇ, ਚਾਹ ਰਤੀ ਕੈੜੀ ਰੱਖੀ। ਉਹਦਾ ਬੋਲ ਪਾਟੇ ਹੋਏ ਬਾਂਸ ਵਰਗਾ ਸੀ। ਦੋਸਤੋ, ਇਹ ਸੀ ਸੰਤੋਖ ਸਿੰਘ ਧੀਰ ਹੋਣਾ ਦੀ ਲਿਖੀ ਕਹਾਣੀ ਸਵੇਰ ਹੋਣ ਤੱਕ। ਅਗਰ ਕਹਾਣੀ ਵਧੀਆ ਲੱਗੀ ਤਾਂ ਆਪਣੇ ਦੋਸਤਾਂ ਦੇ ਨਾਲ ਜ਼ਰੂਰ ਸ਼ੇਅਰ ਕਰਨਾ। ਅਗਲੀ ਵਾਰੀ ਫਿਰ ਇੱਕ ਨਵੀਂ ਕਹਾਣੀ, ਇੱਕ ਨਵੀਂ ਰਚਨਾ ਦੇ ਨਾਲ ਬਹੁਤ ਜਲਦੀ ਹਾਜ਼ਰ ਹੋਵਾਂਗੇ ਜੀ। ਤਦ ਤੱਕ ਲਈ ਸਤਿ ਸ਼੍ਰੀ ਅਕਾਲ।